ਸੱਚੀ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁੱਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਪਾਰਸ ਕੈਨੇਡਾ ਵਿਚਾਲੇ جاری ਤਣਾਅ ਵਿਚਕਾਰ ਉਥੇ ਜਾਣ ਵਾਲੇ ਤੇ ਉਥੇ ਰਹਿ ਰਹੇ ਭਾਰਤੀਆਂ ਦੀਆਂ ਮੁਸ਼ਕਲਾਂ ਵਾਚ ਸਕਦੀਆਂ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦਾ ਭਾਰਤ ਨਾਲ ਕੂਟਨੀਤਿਕ ਵਿਵਾਦ ਮੌਜੂਦਾ ਸਮੇਂ ਕਿਉਂਕਿ ਸਿਖਰ ਤੇ ਹੈ ਵਿਵਾਦ ਕਾਰਨ ਕੈਨੇਡਾ ਚ ਭਾਰਤੀ ਕਾਮਿਆਂ ਤੇ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਮੀਗ੍ਰੇਸ਼ਨ ਮਾਰਗ ਤੇ ਮੌਕਿਆਂ ਚ ਵਿਗਨ ਪੈਣ ਦਾ ਖਤਰਾ ਹੈ ਟਰੂਡੋ ਦੀ ਲਿਬਰਲ ਪਾਰਟੀ ਦੇ ਸਮਰਥਨ ਚ ਲਗਾਤਾਰ ਗਿਰਾਵਟ ਦੇਖੀ ਗਈ ਹੈ ਤੇ ਅਜਿਹਾ ਹੈ ਚ ਉਹਨਾਂ ਦੀ ਸਰਕਾਰ ਆਪਣਾ ਅਕਸ ਸੁਧਾਰਨ ਲਈ ਭਾਰਤ ਖਿਲਾਫ ਸਖਤ ਰੁਖ ਜਾਰੀ ਕਰ ਸਕਦੀ ਹੈ ਜਿਸ ਨਾਲ ਉਥੇ ਰਹਿੰਦੇ ਭਾਰਤੀ ਕਾਮਿਆਂ ਤੇ ਅਸਰ ਪੈਣ ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋਂ ਚੋਣ ਨਹੀਂ ਲੜੇਗਾ ਇਸ ਤੋਂ ਪਹਿਲਾਂ ਉਸ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਪਰ ਦੱਸਦੀ ਹੈ ਕਿ ਦਲਜੀਤ ਸਿੰਘ ਕਲਸੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦਾ ਨਜ਼ਦੀਕੀ ਹੈ ਤੇ ਉਸ ਨੂੰ ਵੀ ਅਮਰਿਤਪਾਲ ਸਿੰਘ ਦੇ ਨਾਲ ਹੀ ਗ੍ਰਿਫਤਾਰ ਕਰਕੇ ਐਨਐਸਟੀ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਇਸ ਸੰਬੰਧੀ ਕਲਸੀ ਦੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹ ਕਲਸੀ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮਿਲੀ ਸੀ ਹਾਲ ਹੀ ਦੇ ਵਿੱਚ ਅਮਰਿਤਪਾਲ ਸਿੰਘ ਦੇ ਕਰੀਬੀ ਕਲਸੀ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲੜਨ ਦੀ ਯੋ ਦਾ ਫਸਤਾ ਕੀਤਾ ਜਲਾਲਾਬਾਦ ਚ ਨਿੱਜੀ ਸਕੂਲ ਦੀ ਵਾਹਨ ਤੋਂ ਡਿੱਗਣ ਕਾਰਨ 3 ਸਾਲਾ ਮਾਸੂਮ ਦੀ ਮੌਤ ਹੋਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਹਾਲਾਤ ਇਹ ਹਾਦਸਾ ਜਿਹੜਾ ਉਸ ਵੇਲੇ ਵਾਪਰਿਆ ਜਦੋਂ ਬੱਚੇ ਸਕੂਲ ਵੈਂਚ ਸਵਾਰ ਹੋ ਕੇ ਘਰ ਪਰਤ ਰਹੇ ਸਨ ਰਸਤੇ ਚ ਵੈਂ ਦੀ ਬਾਰੀ ਖੁੱਲੀ ਰਹਿਣ ਕਾਰਨ ਬੱਚਾ ਅਚਾਨਕ ਡਿੱਗਿਆ ਬੁਰੀ ਤਰ੍ਹਾਂ ਜ਼ਖਮੀ ਹੋਇਆ ਨਿੱਜੀ ਹਸਪਤਾਲ ਜਦੋਂ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਉਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਪੰਜਾਬ ਦੇ ਪਿੰਡਾਂ ਦੇ ਘਰਾਂ ਵਿੱਚ ਹੁਣ ਨੰਬਰ ਲਗਾਏ ਜਾਣਗੇ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਦੇਸ਼ ਜਾਰੀ ਕੀਤਾ ਹੈ ਕਿ ਸੂਬੇ ਭਰ ਦੇ ਸਾਰੇ ਪਿੰਡਾਂ ਦੇ ਘਰਾਂ ਨੂੰ ਨੰਬਰ ਜਾਰੀ ਕੀਤੇ ਜਾਣ ਇਸ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਨੂੰ 1 ਸਾਲ ਦਾ ਸਮਾਂ ਦਿੱਤਾ ਗਿਆ ਹੈ ਕਿ 1 ਸਾਲ ਵਿੱਚ ਪੂਰਾ ਕਰ ਦਿੱਤਾ ਜਾਵੇ ਜਸਟਿਸ सुरेशवठ ठाकुर ਅਤੇ ਸੁਦੀਪਤੀ ਸ਼ਰਮਾ ਦੀ ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਹੈ ਕਿ ਪਾਰਦਰਸ਼ੀ ਚੋਣ ਢਾਂਚੇ ਦੀ ਸਹੂਲਤ ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਸਹੀ ਹਾਊਸ ਨੂੰ ਜਿਹੜੀ ਉਹ ਨੰਬਰਿੰਗ ਹੈ ਮਹੱਤਵਪੂਰਣੀ ਜ਼ਰੂਰੀ ਹੈ। ਸੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਕਵਾਇਦ ਨੂੰ ਪੂਰਾ ਕਰਨ ਲਈ ਇੱਕ ਸਾਲ ਦਾ ਸਮਾਂ ਤੈਅ ਕੀਤਾ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਮਹੱਤਵਪੂਰਨ ਰਿਕਾਰਡ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ಗ್ರಾಮ ਪੰਚਾਇਤ ਸਕੱਤਰ ਦੀ ਹੋਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਹਰ ਕਾਰ ਦਾ ਹਿਸਾਬ ਕਿਤਾਬ ਹੋਵੇ। ਕੋਲਕਾਤਾ 'ਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਨੇ ਆਪਣੀ ਭੁਖੜ ਉਹੋ ਇਸ ਦੇ ਨਾਲ ਹੀ ਅੱਜ ਹੋਣ ਵਾਲੀ ਹੈਲਥ ਹੜਤਾਲ ਵੀ ਵਾਪਸ ਲੈ ਰਹੇ ਨੇ ਕੱਲ ਸ਼ਾਮ ਨਵੰਨਾ ਦੇ ਸਕੱਤਰੇ ਚ ਡਾਕਟਰਾਂ ਦੇ ਪੈਨਲ ਨੇ ਮਮਤਾ ਬਿਨਰਜੀ ਨਾਲ ਕਰੀ ਬੰਦੋ ਘੰਟੇ ਗੱਲਬਾਤ ਕੀਤੀ ਹੈ ਸਿੱਖਿਆਰਥੀ ਡਾਕਟਰ ਦੇ ਬਲਾਤਕਾਰ ਕਤਲ ਮਾਮਲੇ ਚ ਇਨਸਾਫ ਦੀ ਮੰਗ ਕਰ ਰਹੇ ਜੂਨੀਅਰ ਡਾਕਟਰ 5 ਅਕਤੂਬਰ ਤੋਂ ਭੁਖ ਹੜਤਾਲ ਤੇ ਸੂਬੇ ਦੀ ਸਿਹਤ ਸੰਭਾਲ ਟਾਂਚੇ ਵਿੱਚ ਬਦਲਾਅ ਦੀ ਵੀ ਉਹਨਾਂ ਨੇ ਮੰਗ ਕੀਤੀ ਜੂਨੀਅਰ ਡਾਕਟਰ 6 ਅਕਤੂਬਰ ਨੂੰ ਅਰਜਕਾ ਹਸਪਤਾਲ ਵਿਖੇ ਕਹਿੰਦੇ ਵਿਸ਼ਾਲ ਪ੍ਰੈਸ ਕਾਨਫਰੰਸ ਆਯੋਜਨ ਕਰਨਗੇ ਜਿਸ ਤੋਂ ਬਾਅਦ ਡਾਕਟਰਾਂ ਨੇ ਜਾਣਕਾਰੀ ਦਿੱੰਦਿਆ ਕਿ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਮਮਤਾ ਬਿ ਨੇ ਲੋਕਾਂ ਨੇ ਸਾਡਾ ਪੂਰਾ ਸਾਥ ਨਿਭਾਇਆ ਪੰਜਾਬ ਤੇ ਕੈਨੇਡਾ ਦੇ ਸਬੰਧ ਸਭ ਤੋਂ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਇਸ ਨੂੰ ਲੈ ਕੇ ਹੁਣ ਕੈਨੇਡਾ ਸਰਕਾਰ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਹਿਮਤੀ ਜਤਾਉਂਦਿਆਂ ਭਾਰਤ ਸਰਕਾਰ ਤੇ ਨਿਸ਼ਾਨਾ ਸੱਧਿਆ ਸੱਜਣ ਨੇ ਹਾਊਸ ਆਫ ਕਾਮਨਸ ਦੇ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਖਿਲਾਫ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸੱਜਣ ਨੇ ਕਿਹਾ ਕਿ 14 ਅਕਤੂਬਰ ਨੂੰ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਸੋਚ ਕੇ ਬੁਨਿਆਦੀ ਗਲਤੀ ਕੀਤੀ ਹੈ ਕਿ ਉਹ ਕੈਨੇਡਾ ਖਿਲਾਫ ਕੈਨੇਡਾ ਦੀ ਧਰਤੀ ਤੇ ਅਪਰਾਧਿਕ ਕਾਰਵਾਈਆਂ ਕਦੇ ਵੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਕੈਨੇਡਾ ਆਪਣੇ ਦੇਸ਼ ਦੇ ਲੋਕਾਂ ਨੂੰ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਦੇ ਨਾਲ ਨਾਲ ਲੋਕਤੰਤ੍ਰਿਕ ਮਾਹੌਲ ਦੇਣ ਦਾ ਵਾਅਦਾ ਕਰਦਾ ਹੈ ਸੋ ਕੈਨੇਡਾ ਚ ਆਜ਼ਾਦੀ ਨਿਆਂ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਣੇ ਸੱਜਣ ਨੇ ਆਖੇ ਕਿ ਕੈਨੇਡਾ ਹਰ ਇੱਕ ਦੀਆਂ ਕਦਰਾਂ ਕੀਮਤਾਂ ਸਾਂਝੀਆਂ ਕਰਦਾ ਹੈ ਤੇ ਹਰ ਇੱਕ ਦੂਜੇ ਤੋਂ ਸਿੱਖ ਕੇ ਮਜ਼ਬੂਤ ਹੁੰਦੇ ਨੇ ਲੋਕ ਭਾਵੇਂ ਕਿ ਅਸੀਂ ਇੱਕ ਦੂਜੇ ਨੂੰ ਚੁਣੌਤੀ ਕਿਉਂ ਨਾਲ ਦਈਏ ਪਰ ਅਸੀਂ ਸ਼ਾਂਤੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਇਸ ਲਈ ਬਹੁਤ ਸਾਰੇ ਲੋਕ ਕੈਨੇਡਾ ਨੂੰ ਘਰ ਆਖਦੇ ਨੇ ਇਸ ਲਈ ਮੇਰਾ ਪਰਵਾਹ ਇੱਥੇ ਆਇਆ ਅਮਰੀਕਾ ਦੇ ਸੈਟਲ ਸ਼ਹਿਰ ਦੇ ਦੱਖਣ ਪੂਰਬੀ ਜਿੱਕ ਕਰਦੇ ਅੰਦਰ ਸਵੇਰੇ ਹੋਈ ਗੋਲੀਬਾਰੀ 'ਚ 5 ਲੋਕਾਂ ਦੀ ਮੌਤ ਹੋਈ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਦੱਸਿਆ ਕਿ ਇਸ ਮਾਮਲੇ 'ਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਕਿੰਗ ਕਾਉਂਟੀ ਸ਼ੈਰਫ ਦੇ ਦਫ਼ਤਰ ਤੋਂ ਬੁਲਾਲੇ ਮਾਈਕ ਮੈਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕਾਂ ਨੇ ਸਵੇਰੇ 5 ਵਜੇ ਦੇ ਕਰੀਬਨ ਪੁਲਿਸ ਨੂੰ ਫੋਨ ਕਰਕੇ ਵਾਸ਼ਿੰਗਟਨ ਰਾਜ ਦੇ ਫਾਲ ਸਿਟੀ 'ਚ ਗੋਲੀਬਾਰੀ ਦੀ ਸੂchnਾ ਦਿੱਤੀ ਹੈ ਮੈਲਿਸ ਨੇ ਆਖਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਇੱਕ ਨੌਜਵਾਨ ਨੂੰ ਹਿਰਾਸਤ ਚ ਲਿਆ ਜਦੋਂ ਕਿ ਗੋਲੀਬਾਰੀ 'ਚ ਜ਼ਖਮੀ ਹੋਏ ਖੋਰ ਨੌ ਤਾ ਉਸ ਨੂੰ 5 ਜਣਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਬਰਾਮਦ ਹੋਈਆਂ ਨੇ ਜਿਨ੍ਹਾਂ ਵਿੱਚੋਂ ਦੋ ਬਾਲਗ ਤੇ ਨੌਜਵਾਨ ਸਨ ਅਜੇ ਤੱਕ ਕਿਸੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਤੇ ਮੈਲਿਸ ਨੇ ਆਖਿਆ ਕਿ ਗੋਲੀਬਾਰੀ 'ਚ ਇੱਕੋ ਪਰਿਵਾਰ ਦੇ ਮੈਂਬਰ ਸ਼ਾਮਲ ਸਨ ਇਹ ਵੀ ਕਿਹਾ ਗਿਆ ਕਿ ਇਸ ਘਟਨਾ ਨਾਲ ਪਾਈਚਾਰੇ ਨੂੰ ਕੋ ਖਤਰਾ ਨਹੀਂ ਹੈ ਉਹਨਾਂ ਆਖਿਆ ਕਿ ਇਸ ਮਾਮਲੇ 'ਚ ਕਿਸੇ ਹੋਰ ਨੂੰ ਗ੍ਰਿਫਤਾਰ ਕਰਨ ਦਾ ਕੋਈ ਕਾਰਜ ਜਾਂ ਕਾਰਨ ਜਿਹੜਾ ਨਜ਼ਰ ਨਹੀਂ ਆ ਰਿਹਾ ਲਾਰੈਂਸ ਬੁਸ਼ ਨੋਈ ਦਾ ਅਪਰਾਧ ਸਮਰਾਜ ਭਾਰਤ 11 ਸੂਬਿਆਂ ਸਮੇਤ 6 ਦੇਸ਼ਾਂ 'ਚ ਫੈਲ ਚੁੱਕਾ ਹੈ ਵੱਖ-ਵੱਖ ਲੋਕ ਹਰ ਸੂਬੇ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹਨ ਤੇ ਅਸੀਂ ਗਿਰੋਹ ਦੇ ਗੈਂਗਸਟਰਾਂ ਨੂੰ ਵੱਖ-ਵੱਖ ਥਾਵਾਂ ਤੋਂ ਹਥਿਆਰ ਮਿਲਦੇ ਨੇ ਜਿਸ ਤੋਂ ਬਾਅਦ ਉਹ ਕਤਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਕਤਲ 'ਚ ਪਾਕਿਸਤਾਨ ਤੋਂ ਆਈ AK47 ਰਾਈਫਲ ਤੋਂ ਇਲਾਵਾ 0.30 ਬੋਰ ਅਤੇ 9mm ਪਿਸਤੌਲ ਦੀ ਵਰਤੋਂ ਕੀਤੀ ਗਈ ਸੀ ਤੇ ਹਥਿਆਰ ਆਸਾਨੀ ਨਾਲ ਉਪਲਬਧ ਨਹੀਂ ਹੋ ਸਕਦੇ AK47 ਦੀਆਂ 7 ਗੋਲੀਆਂ ਮੂਸੇਵਾਲੇ ਨੂੰ ਸਿੱਧੀਆਂ ਲੱਗੀਆਂ ਤੇ ਉਸ ਦੀ ਥਾਰ ਗੱਡੀ ਤੇ 25 ਗੋਲੀਆਂ ਚਲਾਈਆਂ ਗਈਆਂ ਮੋਹਾਲ ਇੰਟੈ ਦਾ ਸਰਗਨਾ ਦੀਪਖ ਹਰਿਆਣਾ ਦੇ ਚੱਜਰ ਦੇ ਪਿੰਡ ਸੂਰਜਪੁਰ ਦਾ ਰਹਿਣ ਵਾਲਾ ਸੀ ਹਮਲਾ ਆਰਪੀਜੀ ਨਾਲ ਕੀਤਾ ਗਿਆ ਸੀ ਤੇ ਰੂਸ ਦਾ ਬਣਿਆ ਰਾਕਟ ਲਾਂਚਰ ਸੀ ਦੱਸਦੀ ਹੈ ਕਿ 21 ਜੁਲਾਈ ਨੂੰ ਲਾਰਸ ਬਿਸ਼ਨੋਈ ਗੈਂਗ ਦੇ ਦੋ ਗੁੰਡੇ ਹਥਿਆਰ ਸਪਲਾਈ ਕਰਨ ਲਈ ਮੁਜ਼ਫਰਪੁਰ ਜਾਂਦੇ ਹੋਏ ਫੜੇ ਗਏ ਸਨ ਤੇ ਜਿਨ੍ਹਾਂ ਕੋਲੋਂ 4 ਆਸਟਰੀਆ ਦੇ ਪਣੇ Glock ਪਿਸਤੌਲ ਅਤੇ 8 ਮੈਗਜ਼ੀਨ ਵੀ ਬਰਾਮਦ ਹੋਏ ਸੋ ਇਸਾਨ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ